वाई मीडिया ग्रुप वालों ਤੁਹਾਡੇ ਸਾਰਿਆਂ ਦਾ ਚੈਨਲ Y ਰੇਡੀਓ Y ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਔਰ वाई मीडिया ग्रुप वालों ਵੱਡੀ ਬ੍ਰੇਕਿੰਗ ਨਿਊਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ ਤੁਹਾਨੂੰ ਯਾਦ ਹੋਵੇ ਤੇ ਹਾਲੀ ਦੇ ਵਿੱਚ ਸ਼੍ਰੀ ਭਗਵਦ ਗੀਤਾ ਪਾਰਕ ਬ੍ਰੈਮਟਨ ਦੇ ਵਿੱਚ ਇਨੋਗਰੇਟ ਕੀਤਾ ਗਿਆ ਸੀਗਾ ਜਿੱਥੇ ਕਿ ਬਹੁਤ ਸਾਰੇ ਮੈਂਬਰ ਜਿਹੜੇ ਹਿੰਦੂ ਕਮਿਊਨਿਟੀ ਦੇ ਉਹ ਵੀ ਸ਼ਾਮਿਲ ਸਗੇ ਔਰ ਇਸ ਮੌਕੇ ਦੇ ਉੱਤੇ ਸਾਡੀ ਵਾਈ ਮੀਡੀਆ ਟੀਮ ਨੇ ਕਵਰੇਜ ਵੀ ਕੀਤੀ ਸੀਗੀ ਸੋ ਇਹ ਸ਼੍ਰੀ ਭਗਵਦ ਗੀਤਾ ਪਾਰਕ ਸਾਈਨ ਜੋ ਹਾਲੀ ਦੇ ਵਿੱਚ ਬ੍ਰੈਮਟਨ ਵਿੱਚ ਇਨੋਗਰੇਟ ਕੀਤਾ ਗਿਆ ਸੀਗਾ ਸੋ ਵੱਡੀ ਬ੍ਰੇਕਿੰਗ ਨਿਊਜ਼ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਕਿ ਸ਼੍ਰੀ ਭਗਵਦ ਗੀਤਾ ਪਾਰਕ ਦਾ ਜਿਹੜਾ ਸਾਈਨ ਆ ਉਹਦੇ ਉੱਤੇ ਅਟੈਕ ਕੀਤਾ ਗਿਆ ਇਟ ਹੈਜ਼ ਬੀਨ ਵੈਂਡਲਾਈਜ਼ਡ ਸੋ ਇਹ ਜਿਹੜੀ ਕ੍ਰਿਮੀਨਲ ਐਕਟੀਵਿਟੀ ਹੋਈ ਹੈ ਸੋ ਬ੍ਰੈਮਟਨ ਦੇ ਵਿੱਚ ਇਹ ਵੱਡੀ ਕ੍ਰਿਮੀਨਲ ਐਕਟੀਵਿਟੀ ਹੋਈ ਹੈ ਕਿਹਨੇ ਕੀਤੀ ਹੈ ਕ੍ਰਿਮੀਨਲ ਐਕਟੀਵਿਟੀ ਇਹਦੇ ਬਾਰੇ ਅਸੀਂ ਨਹੀਂ ਜਾਣਦੇ ਇਸ ਮਾਮਲੇ ਤੇ ਮੇਅਰ ਪੈਟ੍ਰਿਕ ਬ੍ਰਾਊਨ ਉਹਨਾਂ ਦਾ ਬਿਆਨ ਵੀ ਆ ਗਿਆ ਹੈ ਮੇਰ ਪੈਟ੍ਰਿਕ ਬ੍ਰਾਊਨ ਉਹਨਾਂ ਨੇ ਕਿਹਾ ਹੈ ਕਿ ਜੋ ਹਾਲੀ ਦੇ ਵਿੱਚ ਸ਼੍ਰੀ ਭਗਵਦ ਗੀਤਾ پارک ਦਾ ਸਾਈਨ ਜਿਹੜਾ ਵੈਂਡਲਾਈਜ਼ ਹੋਇਆ ਹੈਗਾ ਪੈਟ੍ਰਿਕ ਬ੍ਰਾਊਨ ਉਹਨਾਂ ਨੇ ਬਿਆਨ ਦੇ ਦਿੱਤਾ ਹੈ ਕਿ ਇਹਦੇ ਵਾਸਤੇ ਜ਼ੀਰੋ ਟੋਲਰੈਂਸ ਹੈ ਪੀਲ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਇਸ ਵੇਲੇ ਕਰ ਰਹੀ ਹੈਗੀ ਹੈ ਔਰ ਪਾਰਕਸ ਔਰ ਰੀਕ੍ਰੀਏਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਉਹ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਸਾਈਨ ਹੈ ਸਾਈਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਈਨ ਜਦੋਂ ਇਨੋਗਰੇਟ ਕੀਤਾ ਗਿਆ ਸੀ ਉਹ ਸਾਈਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟ ਇਸ ਸਾਈਨ ਨੂੰ ਹੁਣ ਵੈਂਡਲਾਈਜ਼ ਕਰ ਦਿੱਤਾ ਗਿਆ ਹੈ ਸਾਈਨ ਨੂੰ ਠੀਕ ਕਰਨ ਵਾਸਤੇ ਸਿਟੀ ਆਫ ਬ੍ਰੈਮਟਨ ਦੇ ਪਾਰਕ ਸੋਰ ਰੀਕ੍ਰੀਸ਼ਨ ਡਿਪਾਰਟਮੈਂਟ ਕੰਮ ਕਰ ਰਿਹਾ ਪਰ ਇਸ ਸਾਈਨ ਦੇ ਉੱਤੇ ਕਿਨੇ ਅਟੈਕ ਕੀਤਾ ਹੈ ਇਹ ਸਾਈਨ ਨੂੰ ਕਿਨੇ ਵੈਂਡਲਾਈਜ਼ ਕੀਤਾ ਹੈ ਇਹਦੇ ਬਾਰੇ ਪੀਲ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਹੋਣਾ ਨੇ ਇਹ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਸੋ ਹਾਲੀ ਦੇ ਵਿੱਚ ਇਹ ਹੋਇਆ ਸਿਗਾ ਇਟਸ ਵੈਰੀ ਸੀਰੀਅਸ ਜਿਸ ਤਰੀਕੇ ਦੇ ਨਾਲ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾਂ ਕਿਸੇ ਦੇ ਧਾਰਮਿਕ ਚਿੰਨ੍ਹ ਦੇ ਉੱਤੇ ਇਹ ਅਟੈਕ ਕਰਨਾ ਅਸੀਂ ਵਾਈ ਮੀਡੀਆ ਵੱਲੋਂ ਇਹਨੂੰ ਸਖ਼ਤ ਸ਼ਬਦਾਂ ਦੇ ਵਿੱਚ ਕੰਡਮ ਕਰਦੇ ਹਾਂ ਬਟ ਦਿਸ ਇਜ਼ ਅ ਬਿਗ ਬ੍ਰੇਕਿੰਗ ਨਿਊਜ਼ ਜੋ ਅਸੀਂ ਤੁਹਾਨੂੰ ਅੱਜ ਸਾਂਝੀ ਕਰ ਰਹੇ ਹਾਂ ਹਾਲ ਹੀ ਦੇ ਵਿੱਚ ਗੀਤਾ پارک ਜਿਹੜਾ ਸਾਈਨ ਇਨੋਗਰੇਟ ਕੀਤਾ ਗਿਆ ਬ੍ਰੈਮਟਨ ਦੇ ਮੇਅਰ ਔਰ ਬਹੁਤ ਸਾਰੇ ਹਿੰਦੂ ਕਮਿਊਨਿਟੀ ਦੇ ਲੀਡਰਸ ਉੱਥੇ ਪਹੁੰਚੇ ਸੀਗੇ ਔਰ ਹੁਣ ਇਸ ਸਾਈਨ ਦੇ ਉੱਤੇ ਅਟੈਕ ਜਿਹੜਾ ਉਹ ਕਰ ਦਿੱਤਾ ਗਿਆ ਇਹਦੇ ਉੱਤੇ ਜੋ ਵੀ ਡਿਵੈਲਪਮੈਂਟਸ ਹੋਣਗੀਆਂ ਵਾਈ ਮੀਡੀਆ ਦੇ ਉੱਤੇ ਅਸੀਂ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਵਾਈ ਮੀਡੀਆ ਦੇ ਨਾਲ ਥੈਂਕ ਯੂ